ਪੁਲਤ ਪੁਲਿਸ ਨੇ ਨਜਾਇਜ਼ ਸ਼ਰਾਬ ਦਾ ਦੋਸ਼ੀ ਕੀਤਾ ਕਾਬੂ। ਸਬ ਡਿਵੀਜ਼ਨ ਕਸਬਾ ਵਿੱਚ ਪੈਂਦੇ ਥਾਣਾ ਪੁਲਤ ਦੀ ਪੁਲਿਸ ਵੱਲੋਂ 12 ਸ਼ਰਾਬ ਦੀਆਂ ਪੇਟੀਆਂ ਛੱਡ ਕੇ ਭੱਜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 16 ਅਗਸਤ ਨੂੰ ASI ਜਸਵੀਰ ਸਿੰਘ, ਸਿਪਾਹੀ ਗੁਰਮੀਤ ਸਿੰਘ, होमगार्ड्स मनप्रीत सिंह पुलथ दे तहसील चौंक विच एक्सरसाइज इंस्पेक्टर भुपिंदर सिंह जिन्हां नाल हेड कांस्टेबल केवल चंद, सिपाही गुरमीत सिंह सी, जिन्हां नूं इतला मिली सी कि केवल सिंह उफ कुद्दू पुत्तर दलीप सिंह वासी पंडोरी अराया जो शराब ठेका चंडीगढ़ तो लैके आ रहा सी अपनी गड्डी नंबर PB10BN6633 छड़ के भज गया सी, जिसनूं पुलथ ने गिरफ्तार कर लिया है। इस मौके ASI लखविंदर सिंह, मुख मुंशी सतिंदरपाल सिंह, सिपाही नवनीत सिंह, सिपाही संदीप सिंह आदि हाजिर सन। कन्नू पुलथ की विशेष रिपोर्ट। ਮਾਮਲਾ ਹੋਰ ਆਇਆ ਹੈਗਾ ਆ, ਜਿੱਦਾਂ ਸ਼ਰਾਬ ਦਾ, ਸ਼ਰਾਬ ਫੜੀ ਗਈ ਸੀ ਅੱਜ ਤੋਂ 3-4 ਮਹੀਨੇ ਪਹਿਲਾਂ ਅਤੇ ਬਰਾਮਦ ਕਰ ਲਈ ਗਈ ਉਹਦੇ ਬਾਰੇ। ਹਾਂਜੀ, ਇਹ ਥਾਣਾ ਭਲਾਤ ਦੇ ਵਿੱਚ 52 ਨੰਬਰ ਮੁਕੱਦਮਾ ਦਰਜ ਹੋਇਆ 16/8/22 ਨੂੰ। ਠੀਕ, ਇਨਫੋਰਮੇਸ਼ਨ ਮਿਲੀ ਸੀ ਕਿ ਕੇਵਲ ਸਿੰਘ ਉਰਫ ਘੁੱਦੂ ਸਨ ਆਫ ਦਲੀਪ ਸਿੰਘ ਵਾਸੀ ਪੰਡੋਰੀ ਰਾਈਆਂ, ਪੰਡੋਰੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਇੱਥੇ ਵੇਚਦਾ, ਅਤੇ ਇਹਦੇ ਕੋਲ ਸ਼ਰਾਬ ਬਰਾਮਦ ਕੀਤੀ ਗਈ ਸੀ ਗੱਡੀ ਦੇ ਵਿੱਚੋਂ 12 ਪੇਟੀਆਂ ਸ਼ਰਾਬ, 10 ਪੇਟੀਆਂ ਪੰਜਾਬ ਫਸਟ ਚੁਆਇਸ ਸੀਗੀ ਅਤੇ 2 ਪੇਟੀਆਂ ਸ਼ਰਾਬ 111 AC ਸੇਲ ਫੋਰ ਪੰਜਾਬ ਲਿਖਿਆ ਸੀ ਉਹਨਾਂ ਨੇ, ਅਤੇ ਗੱਡੀ 'ਚੋਂ ਬਰਾਮਦ ਕੀਤੀਆਂ ਸੀਗੀਆਂ ਅਤੇ ਦੋਸ਼ੀ ਤਾਂ ਭੱਜ ਗਿਆ ਸੀ ਉਦੋਂ ਮੌਕੇ। ਇਹਨੂੰ ਕੱਲ੍ਹ 7 ਤਰੀਕ ਨੂੰ ਗ੍ਰਿਫਤਾਰ ਕੀਤਾ ਕੱਲ੍ਹ। ਠੀਕ ਹੈ, ਅਤੇ ਹੁਣ ਅਗਲੀ ਕਾਰਵਾਈ? ਇੱਕ ਦਿਨ ਦਾ ਪੁਲਿਸ ਰਿਮਾਂਡ ਇਹਦਾ ਲਿਆ ਵਾ, ਪੁੱਛਗਿੱਛ ਅਤੇ ਜਿਹੜੇ ਹਾਲਾਤ ਸਾਹਮਣੇ ਆਉਣਗੇ ਤਫਤੀਸ਼ ਕੀਤੀ ਜਾ ਰਹੀ ਹੈ।